लुधियाना यानी महानगर दे की इस वेले सूरत हाल ने इस द ग्राउंड जीरो तो जायजा लिया साडे सहयोगी भरत शर्मा ने। लुधियाना दे विच इस वायरस के चलदियां किस तरह प्रशासन वालों सख्ती वरती जा रही है, किस तरह सील किया गया इलाका, जो मेन चौंक ने किस तरह उत्थे बैरीकेटिंग की गई है, ये तस्वीरां दे विच तुसी वेख पा रहे हो। लुधियाना दे विच भी इस वेले जो माहौल है वह खौफनाक है, क्योंकि तीन मौत लुधियाना दे विच हो चुकियां ने। ਪੰਜਾਬ ਵਿੱਚ ਜਿਹੜਾ ਹੁਣ ਆਂਕੜਾ ਕੋਰੋਨਾ ਵਾਇਰਸ ਪੋਜ਼ਿਟਿਵ ਦੇ 128 ਦੇ ਪਾਰ ਹੋ ਚੁੱਕਾ। ਜੇ ਗੱਲ ਕਰੀ ਸੀ ਲੁਧਿਆਣਾ ਸ਼ਹਿਰ ਦੀ ਤਾਂ ਲੁਧਿਆਣਾ ਸ਼ਹਿਰ ਵਿੱਚ ਵੀ ਦਿਨੋ ਦਿਨ ਕੋਰੋਨਾ ਵਾਇਰਸ ਪੋਜ਼ਿਟਿਵ ਕੇਸ ਵਧਦੇ ਜਾ ਰਹੇ। ਇਸ ਵਕਤ ਲੁਧਿਆਣਾ ਵਿੱਚ 12 ਕੋਰੋਨਾ ਪੋਜ਼ਿਟਿਵ ਦੇ ਕੇਸ ਜਿਹੜੇ ਹੈਗੇ ਆ ਚੁੱਕੇ ਨੇ, ਜਿਨ੍ਹਾਂ ਵਿੱਚੋਂ ਇੱਕ ਕੇਸ ਬਰਨਾਲਾ ਦਾ ਹੈ ਜਿਸ ਦੀ ਪਿਛਲੇ ਦਿਨੋਂ ਹੀ ਮੌਤ ਹੋ ਗਈ ਸੀ, ਤੇ ਇੱਕ ਕੇਸ ਜਲੰਧਰ ਦਾ ਜਿਸ ਦਾ ਇਲਾਜ CMC ਹਸਪੀਟਲ ਚੱਲ ਰਿਹਾ। ਜੇ ਗੱਲ ਕਰੀ ਸੀ ਲੁਧਿਆਣਾ ਸ਼ਹਿਰ ਵਿੱਚ ਹੁਣ ਤੱਕ 3 ਮੌਤਾਂ ਵੀ ਹੋ ਚੁੱਕੀਆਂ ਕੋਰੋਨਾ ਵਾਇਰਸ ਪੋਜ਼ਿਟਿਵ ਨਾਲ, ਜਿਨ੍ਹਾਂ ਵਿੱਚੋਂ 2 ਜਿਹੜੀ ਔਰਤਾਂ ਸੀ ਉਹ ਲੁਧਿਆਣੇ ਦੇ ਰਹਿਣ ਵਾਲੀ ਸੀ ਤੇ 1 ਜਿਹੜੀ ਔਰਤ ਬਰਨਾਲਾ ਦੀ ਰਹਿਣ ਵਾਲੀ ਸੀਗੀ। ਜਿਹੜਾ ਇੱਕ ਦੋ ਮਾਮਲੇ ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਸੀਗੇ ਲੁਧਿਆਣਾ ਸ਼ਹਿਰ ਵਿੱਚ, ਇੱਕ ਮਾਮਲਾ ਸੀਗਾ ਗਣੇਸ਼ ਨਗਰ ਦੇ ਰਹਿਣ ਵਾਲਾ ਯੁਵਕ ਦਾ ਸੀਗਾ, 24 ਸਾਲ ਜਿਸ ਦੀ ਉਮਰ ਹੈਗੀ ਹੈ। ਉਸਨੂੰ ਪੁਲਿਸ ਨੇ ਉਸਨੂੰ ਹਿਰਾਸਤ ਲਿੱਤਾ ਸੀਗਾ ਮੋਟਰਸਾਈਕਲ ਦੀ ਚੋਰੀ ਦੇ ਇਲਜ਼ਾਮ ਤੇ, ਜਿਸ ਤੋਂ ਬਾਅਦ ਉਸਦੀ ਰਿਪੋਰਟ ਜਦੋਂ ਪੋਜ਼ਿਟਿਵ ਪਾਈ ਗਈ ਤਾਂ ਸਾਰੇ ਪੁਲਿਸ ਚੌਂਕੀ ਦੇ ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈਗਾ। ਤੇ ਜਦ ਇੱਕ ਮਾਮਲਾ ਹੋਰ ਨਵਾਂ ਸਾਹਮਣੇ ਆਇਆ, ਅਮਰਪੁਰਾ ਇਲਾਕੇ ਦੇ ਰਹਿਣ ਵਾਲੀ ਸੀਗੀ ਜਿਹੜੀ ਲੁਧਿਆਣਾ ਦੀ ਔਰਤ ਸੀਗੀ, 42 ਸਾਲ ਉਮਰ ਜਿਸ ਦੀ ਦੱਸੀ ਜਾ ਰਹੀ ਹੈ, ਉਸਦੀ ਬੀਤੋ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸਦੇ ਬੱਚੇ ਤੇ ਉਸਦੇ ਸਾਰੇ ਪਰਿਵਾਰ ਵਾਲੇ ਨੂੰ ਕੋਰੋਨਾ ਕੁਆਰੰਟਾਈਨ ਕਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਹੀ ਜਦੋਂ ਰਿਪੋਰਟ ਆਈ ਤਾਂ ਉਸਦੇ ਇੱਕ ਬੱਚੇ ਨੂੰ ਵੀ ਕੋਰੋਨਾ ਵਾਇਰਸ ਪੋਜ਼ਿਟਿਵ ਹੋਣ ਦੀ ਪੁਸ਼ਟੀ ਪਾਈ ਗਈ ਹੈ। ਜੀ ਪੰਜਾਬ ਹਿਮਾਚਲ ਹਰਿਆਣਾ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਇਹੀ ਅਪੀਲ ਹੈ, ਘਰ ਰਹੋ ਤੇ ਸੁਰੱਖਿਅਤ ਰਹੋ। ਕੈਮਰਾਮੈਨ ਸੋਨੀ ਦੇ ਨਾਲ ਭਰਤ ਸ਼ਰਮਾ, ਜ਼ੀ ਮੀਡੀਆ, ਲੁਧਿਆਣਾ।